ਆਪਾਂ ਨੂੰ ਇਹ ਗੱਲ ਕਹਿ ਦੂਗੀ। ਮੈਂ ਤੁਹਾਡੇ ਮੈਸੇਜ ਪਾ ਦਾਂਗਾ ਵਟਸਐਪ ਤੇ ਸਾਰੇ ਪੰਜਾਬ ਦੇ ਆਰਥਿਕ ਸਹਿਬਾਨ ਮੇਰਾ ਅਟੈਚ ਨੇ। ਆਪਾਂ ਉਸ ਤੋਂ ਪਹਿਲਾਂ ਸਾਰੇ ਕਿਸਾਨਾਂ ਦੀ ਲਿਸਟ ਬਣਾ ਲਓ ਆਪਣੇ ਲੈਟਰ ਪੈਡ ਤੇ, ਉਹਨਾਂ ਕਿਸਾਨਾਂ ਨੂੰ ਸੱਦ ਕੇ ਪੁੱਛ ਲਓ ਜਾਂ ਫੋਨ ਤੇ ਜਾਂ ਆਪ ਜਾ ਕੇ ਜ਼ਮੀਨ ਭੇਜ ਕੇ ਵੀ ਵੀਰ ਤੇਰੀ ਆਪਣੀ ਜ਼ਮੀਨ ਕਿੰਨੀ ਹੈ, ਠੇਕੇ ਤੇ ਕਿੰਨੀ ਹੈ, ਉਹਦਾ ਓਨਰ ਕੌਣ ਹੈ, ਨਾ ਪਿਓ ਦਾ ਨਾ ਦਾਦੇ ਦਾ ਨਾ, ਤੇ ਜ਼ਿਮੀਂਦਾਰ ਦਾ ਪੁੱਛਣਾ ਮੋਬਾਈਲ ਨੰਬਰ ਵੀ ਤੇ ਆਧਾਰ ਕਾਰਡ ਵੀ, ਤੇ ਜਿਹੜਾ ਲੈਂਡ ਓਨਰ ਹੈ ਉਹਦਾ ਨਾ ਪਿਓ ਦਾ ਨਾ ਦਾਦੇ ਦਾ ਨਾ, ਤੇ ਜ਼ਮੀਨ ਕਿਸ ਪਿੰਡ ਦੀ ਹੈ, ਉਹ ਰਹਿੰਦਾ ਮਹੂ ਹੈ, ਜ਼ਮੀਨ ਉਹਦੀ ਨਹੀਂ, ਉਹਦਾ ਮੌਜਗੜ ਦੀ ਹੈ, ਆਪਾਂ ਨੂੰ ਮੌਜਗੜ ਵਿੱਚ ਦੇਣਾ ਪਊਗਾ ਉਹਦੇ ਤਾਂ ਲੈਂਡ ਰਿਕਾਰਡ ਦੇ ਨਾਲ ਟੈਲੀ ਹੋਊਗਾ। ਇਹ ਤੁਸੀਂ 5-7 ਦਿਨ ਦੇ ਵਿੱਚ, ਅੱਜ ਤਰੀਕ ਹੋ ਗਈ 24, ਆਪਾਂ ਤਕਰੀਬਨ 1 ਸਤੰਬਰ ਤੋਂ ਮਾਰਕੀਟ ਕਮੇਟੀਆਂ ਦੇ ਵਿੱਚ ਜਾਵਾਂਗੇ ਇਹ ਸਾਰੇ ਰਿਕਾਰਡ ਨੂੰ ਆਪਾਂ ਅਪਡੇਟ ਕਰਾਉਣ ਵਾਸਤੇ। ਮਾਰਕੀਟ ਕਮੇਟੀ 3 ਤੋਂ 4 ਮੁਲਾਜ਼ਮ ਬੈਠੇ ਨੇ, ਆਪਾਂ ਉੱਥੇ ਆਪਦਾ ਰਿਕਾਰਡ ਵਾਰੀ ਸਰ ਲੈ ਜਾਵਾਂਗੇ। ਜਿਵੇਂ ਮੰਡੀਆਂ ਦੇ ਤੁਸੀਂ ਪ੍ਰਧਾਨ ਹੋ, ਤੁਸੀਂ 60-80 100 ਉੱਥੇ ਕਰ ਲਓ ਵੀ 1 ਤੋਂ 10 ਅੱਜ ਜਾਣਗੇ, 11 ਤੋਂ 20 ਸਵੇਰੇ ਜਾਣਗੇ, ਤਾਂ ਕਿ ਉੱਥੇ ਕੜਮਾਸਰਾ ਪਵੇ, ਅੱਗੇ ਭੱਜਣ ਦੀ ਲੋੜ ਨਹੀਂ। ਇਹ ਕੰਮ ਆਪਾਂ 15 ਦਿਨਾਂ ਦੇ 15 ਸਤੰਬਰ ਤੱਕ ਡਾਇਰੈਕਟਰ ਸਾਹਿਬ ਨੇ, ਸੈਕਟਰੀ ਸਾਹਿਬ ਨੇ ਇਹਨੂੰ ਅਪਡੇਟ ਕਰਨ ਦਾ ਤਹੀਆ ਕੀਤਾ, ਪੰਜਾਬ ਸਰਕਾਰ ਦੇ ਨਾਲ ਫੈਸਲਾ ਕੀਤਾ ਇਹਨਾਂ ਨੇ ਆਪਸ ਚ ਬੈਠ ਕੇ, ਤਾਂ ਕਿ ਜੇ ਕੋਈ ਰਹਿ ਜੇ ਤਾਂ ਉਹ 30 ਸਤੰਬਰ ਤੱਕ ਟੋਟਲ ਜਿਹੜਾ ਕੰਪਲੀਟ ਹੋ ਜੇ, ਤਾਂ ਕਿ 1 ਅਕਤੂਬਰ ਤੋਂ ਝੋਨਾ ਵੇਚਣ ਵੇਲੇ ਆਪਾਂ ਨੂੰ ਕੋਈ ਅੜਚਨ ਨਾ ਆਵੇ। ਇਹ ਤੁਹਾਨੂੰ ਮੈਂ ਦੱਸ ਦਿੰਦਾ, ਜਿਹਦਾ ਲੈਂਡ ਰਿਕਾਰਡ ਅਪਡੇਟ ਹੋ ਜਾਏਗਾ ਉਸ ਕਿਸਾਨ ਦਾ